हेलो एवरीवन, सत श्री अकाल सारिआं नूं। तुहाडा बहुत-बहुत स्वागत है अज दी क्लास। अज आपां करन जा रहे हां पंजाब स्कूल एजुकेशन बोर्ड दी 10वीं क्लास दी इंग्लिश लिटरेचर दी बुक ते उहदा आखरी चैप्टर सप्लीमेंट्री रीडर विचों चैप्टर 6 रिटर्न टू एयर, यानी हवा विच वापस आना। ये चैप्टर जिहड़ा है ये दसदा है एक बंदे बारे जिन्हों लोग अक्सर सॉसेज कह के बुलाते सी। हुण सॉसेज की हुंदा है तुसीं देखिया होणा, मीट दा इन्ना वड्डा गोल जिहा टुकड़ा हुंदा है जो अक्सर जिहड़े लोग हैगे ने कार्टून च दिखांदे ने हॉट डॉग दे विच पा के खाया जांदा है। हुण इत्थे दस्सिया गया है भी एक छोटा जिहा बच्चा सी, ठीक है, ये बच्चा सी, ये बॉय सी, बच्चा भी नहीं कह सकते, मुंडा सी जो कि वधिया स्विमिंग कर सकता सी पानी दे विच, पौंड दे विच, छप्पड़ दे विच, ते उन्हें कदे डक डाइविंग नहीं सीखी सी। डक डाइविंग की हुंदी है? डक डाइविंग हुंदी है मान लो ये पद्धर हैगा है पानी दा, ठीक है, ते एथे तुसी एदा करके एक बोट रख दियो ते पहला जब तुसी डक वांग जांदे हो डाइविंग करदे हो गोताखोरी करदे हो तो पहला तुसी अपना जिहड़ा सिर हैगा उह वाला हिस्सा विच पांदे हो ते फिर तुहाडा जिहड़ी पैर हैगे ने उह हवा विच हुंदे ने ते फिर हौली हौली नीचे जब तुसी जांदे हो पैर फिर पानी विच जांदे ने। इहनूं कहिंदे आ बत्तख वांग पानी दे हेठां जाणा। ते बच्चे नूं इह डक डाइविंग करनी नहीं आंदी सी पर इहदे जिहड़े दोस्त सी, इहदे जिहड़े फ्रेंड सी, उह चाहुंदे सी वी उह इह गल सिखे। ते उस तो बाद जब उन्हें पहली बार डक डाइविंग सीखी उस टाइम ते की होया ये इस कहानी विच दस्या गया। हुण इत्थे दस्या गया भी उहदे जिथे वो रहिंदा सी उत्थे एक पौंड सी। पौंड का मतलब आप ये कह सकते हैं भी एक तरीके का छप्पड़ सीगा जिदे किनारे ते एक पासे लोग जिहड़े हैगे ने बेद करन आंदे सी, यानी नहाण आंदे सी, ते दूजे पासे मच्छी फड़न आंदे सी। जिहड़े बजुर्ग लोग हैगे ने, जिहड़े गंजे हैगे ने, ਉਹ ਮੱਛੀ ਫੜਦੇ ਸੀ, ਇੱਕ ਰੱਸੀ ਦੇ ਨਾਲ ਸਟੂਲ ਤੇ ਬੈਠ ਜਾਂਦੇ ਸੀ ਜਿਹੜਾ ਫੋਲਡ ਹੋ ਜਾਂਦਾ ਸੀ, ਤੇ ਜਿਹੜੇ ਛੋਟੇ ਛੋਟੇ ਬੱਚੇ ਸੀਗੇ ਉੱਥੇ ਉਹ ਆਪਣੀ ਨੈਟ ਦੇ ਨਾਲ ਮੱਛੀ ਉੱਥੇ ਫੜਿਆ ਕਰਦੇ ਸੀ ਨੈਟਸ ਦੇ ਨਾਲ। ਹੁਣ ਇੱਥੇ ਇਹ ਦੱਸਿਆ ਗਿਆ ਹੈ ਵੀ ਇਸ ਪਾਸੇ ਜਿਹੜਾ ਪਾਣੀ ਹੈਗਾ ਉਹ ਜ਼ਿਆਦਾ ਡੂੰਘਾ ਸੀ, ਜਿੱਥੇ ਲੋਕ ਨਹਾਉਂਦੇ ਸੀ ਉੱਥੇ ਜ਼ਿਆਦਾ ਡੂੰਘਾ ਸੀ ਐਸ ਕੰਪੇਅਰ ਜੇ ਆਪਾਂ ਇੱਥੇ ਕੰਪੇਅਰ ਕਰੀਏ। ਤੇ ਕਹਿੰਦੇ ਉੱਥੇ ਅਕਸਰ ਲੋਕਾਂ ਨੂੰ ਨਹਾਣ ਨਹੀਂ ਦਿੱਤਾ ਜਾਂਦਾ ਸੀ ਜਦ ਤੱਕ ਉਹਨਾਂ ਨੂੰ ਇਹ ਪੱਕਾ ਨਾ ਹੋ ਜੇ ਲੋਕਾਂ ਨੂੰ ਵੀ ਇਹ ਤੈਰ ਲੇਗਾ, ਸਵਿਮਿੰਗ ਕਰ ਲੇਗਾ। ਤੇ ਜਿਹੜਾ ਲੇਖਕ ਹੈ ਉਹ ਕਹਿੰਦਾ ਵੀ ਮੈਨੂੰ ਸਵਿਮਿੰਗ ਤਾਂ ਆਉਂਦੀ ਸੀ, ਠੀਕ ਹੈ, ਤੇ ਮੈਨੂੰ ਕਿਉਂ ਸਵਿਮਿੰਗ ਆਉਂਦੀ ਸੀ? ਲੋਕ ਇਹ ਕਹਿੰਦੇ ਸੀ ਵੀ ਇਹ ਜਿਹੜਾ ਬੰਦਾ ਹੈਗਾ ਇਹਨੂੰ ਸਵਿਮਿੰਗ ਤੈਰਨਾ ਇਸ ਕਰਕੇ ਆਉਂਦਾ ਹੈ ਕਿਉਂਕਿ ਇਹ ਕਾਫੀ ਮੋਟਾ ਹੈਗਾ, ਤੇ ਮੈਨੂੰ ਕਹਿੰਦੇ ਸੀ ਵੀ ਤੂੰ ਫੈਟ ਹੈਗਾ, ਤੂੰ ਸੌਸੇਜ ਵਰਗਾ ਹੈਗਾ, ਤੇ ਇਸੇ ਕਰਕੇ ਤੂੰ ਪਾਣੀ ਦੇ ਉੱਤੇ ਥੱਲੇ ਤੇ ਰਹਿੰਦਾ, ਤੂੰ ਡੁੱਬਦਾ ਨਹੀਂ, ਇਸੇ ਕਰਕੇ ਤੂੰ ਸਵਿਮਿੰਗ ਕਰ ਲੈਂਦਾ। ਪਰ ਕਹਿੰਦਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਸੀ, ਬੇਸ਼ੱਕ ਮੈਨੂੰ ਮੋਟਾ ਕਹੋ, ਕੁਝ ਕਹੋ, ਮੈਨੂੰ ਕੋਈ ਫਰਕ ਨਹੀਂ ਪੈਂਦਾ, ਕੋਈ ਗੱਲ ਨਹੀਂ ਇਹ ਜੀ, ਕੋਈ ਮੈਨੂੰ ਦਿਲ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਇਹ ਕਿਸੇ ਤੋਂ ਵੀ। ਹੁਣ ਅੱਗੇ ਕੀ ਹੁੰਦਾ? ਕਹਿੰਦਾ ਮੈਨੂੰ ਜਿਹੜਾ ਡਾਈਵ ਹੈਗਾ ਉਹ ਇਦਾਂ ਲੱਗਦਾ ਸੀ ਵੀ ਮੈਂ ਨਹੀਂ ਕਰ ਸਕਦਾ, ਕਿਉਂ? ਕਿਉਂਕਿ ਮੇਰੇ ਚਸ਼ਮੇ ਲੱਗੇ ਹੋਏ ਸੀ, ਆਹ ਦੇਖੋ ਇਦਾਂ ਚਸ਼ਮੇ ਲੱਗੇ ਹੋਏ ਸੀ, ਤੇ ਮੈਨੂੰ ਪ੍ਰੋਪਰਲੀ ਦਿਸਦਾ ਨਹੀਂ ਸੀ। ਤੇ ਕਹਿੰਦਾ ਇੱਕ ਵਾਰ ਜਦ ਸਮਰ ਯਾਨੀ ਕਿ ਆਪਾਂ ਇਹ ਕਹਿ ਸਕਦੇ ਹਾਂ ਗਰਮੀਆਂ ਦਾ ਮੌਸਮ ਸੀ ਤੇ ਮੇਰੀ ਇੱਛਾ ਹੋਈ ਵੀ ਸਾਰੇ ਹੀ ਚਾਹੁੰਦੇ ਸੀ ਤੇ ਮੈਂ ਕਿਹਾ ਚੱਲ ਠੀਕ ਹੈ ਮੈਂ ਡੱਕ ਡਾਈਵਿੰਗ ਸਿੱਖ ਲੈਂਦਾ। ਕਹਿੰਦਾ ਜਦ ਤੱਕ ਤੁਸੀਂ ਪਾਣੀ ਦੇ ਉੱਤਲੇ ਪਾਸੇ ਤੇ ਸਵਿਮਿੰਗ ਕਰ ਰਹੇ ਹੋ ਠੀਕ ਹੈ, ਪਰ ਇੱਕਦਮ ਬੱਤਖ ਬਣ ਕੇ ਤੁਸੀਂ ਪਾਣੀ ਦੇ ਥੱਲੇ ਚਲੇ ਜਾਂਦੇ ਹੋ ਤੇ ਫਿਰ ਉਸ ਤੋਂ ਬਾਅਦ ਵਾਪਸ ਉੱਤੇ ਆਉਣਾ ਪੈਂਦਾ ਤੁਹਾਨੂੰ ਸਾਹ ਲੈਣ ਦੇ ਲਈ। ਕਹਿੰਦਾ ਇਹ ਥੋੜਾ ਜਿਹਾ ਔਖਾ ਲੱਗ ਰਿਹਾ ਸੀ ਮੈਨੂੰ। ਬੱਤਖਾਂ ਦੀ ਗੱਲ ਕੀਤੀ ਜਾਏ ਉਹ ਤਾਂ ਸੌਖੇ ਦੇ ਨਹੀਂ ਕਰ ਲੈਂਦੇ, ਉਹਨਾਂ ਨੂੰ ਤਾਂ ਜਨਮ ਤੋਂ ਹੀ ਇਹ ਗੱਲ ਪਤਾ ਹੁੰਦੀ ਹੈ ਕਿ ਕਿਵੇਂ ਥੱਲੇ ਜਾਣਾ ਹੈ ਬੱਤਖ ਨੂੰ ਤੇ ਕਿਵੇਂ ਉਸ ਤੋਂ ਬਾਅਦ ਬਾਹਰ ਨਿਕਲਣਾ ਹੈ ਪਾਣੀ ਵਿੱਚੋਂ, ਪਰ ਕਹਿੰਦਾ ਮੇਰੀ ਗੱਲ ਤਾਂ ਵੱਖਰੀ ਸੀ। ਕਹਿੰਦਾ ਫੇਰ ਵੀ ਚਲੋ, ਜਿਹੜਾ ਇਨਸਟ੍ਰਕਟਰ ਸੀ ਜਿਹੜਾ ਸਵਿਮਿੰਗ ਸਿਖਾ ਰਿਹਾ ਸੀ ਮੈਨੂੰ ਡੱਕ ਡਾਈਵਿੰਗ, ਉਹ ਮੈਨੂੰ ਕਹਿੰਦਾ ਸੌਸੇਜ ਸੌਸੇਜ ਮੇਰੀ ਗੱਲ ਸੁਣ, ਇਹ ਹੈਗਾ ਪਾਣੀ, ਠੀਕ ਹੈ, ਪੌਂਡ ਹੈਗਾ ਇਧਰਲੇ ਪਾਸੇ ਜਿੱਥੇ ਨਹਾਉਂਦੇ ਨੇ ਲੋਕ, ਸਵਿਮਿੰਗ ਕਰਦੇ ਨੇ, ਸਿਖਾਉਂਦੇ ਨੇ, ਇੱਥੇ ਮੈਂ ਇੱਕ ਇੱਟ ਸਿੱਟ ਰਿਹਾ ਤੇ ਇੱਟ ਦੇ ਉੱਤੇ ਚਿੱਟੇ ਰੰਗ ਦਾ ਕੱਪੜਾ ਹੈਗਾ। ਹੁਣ ਤੂੰ ਕੀ ਕਰਨਾ ਹੈ, ਇਹ ਇੱਟ ਜਦ ਤੱਕ ਛੱਪੜ ਦੇ ਥੱਲੇ ਨਹੀਂ ਜਾਂਦੀ ਜਿੱਥੇ ਮਿੱਟੀ ਹੈਗੀ ਹੈ ਤੇ ਉੱਥੇ ਜਾ ਕੇ ਫਸ ਨਹੀਂ ਜਾਂਦੀ, ਉਹ ਤੋਂ ਪਹਿਲਾਂ ਪਹਿਲਾਂ ਤੂੰ ਇਹਨੂੰ ਕੱਢ ਕੇ ਲੈ ਕੇ ਆਣਾ, ਕਿਉਂਕਿ ਇੱਕ ਵਾਰ ਮਿੱਟੀ ਵਿੱਚ ਧਸ ਗਈ ਤਾਂ ਫੇਰ ਤੇਰੇ ਤੋਂ ਇਹ ਬਾਹਰ ਕੱਢੀ ਨਹੀਂ ਜਾਂਦੀ। ਕਹਿੰਦਾ ਉਸ ਤੋਂ ਬਾਅਦ ਮੈਨੂੰ ਇਹ ਲੱਗਿਆ ਵੀ ਠੀਕ ਹੈ ਮੈਂ ਆਪਣੇ ਆਪ ਨੂੰ ਇੱਕ ਮੌਕਾ ਦਿੰਦਾ, ਤੇ ਜਿਹੜਾ ਇਨਸਟ੍ਰਕਟਰ ਸੀ ਜੋ ਮੈਨੂੰ ਸਿਖਾ ਰਿਹਾ ਸੀ ਉਹਨੇ ਬਾਕੀ ਸਾਰੇ ਬੰਦਿਆਂ ਨੂੰ ਬਾਹਰ ਕੱਢ ਲਿਆ ਤੇ ਉਹ ਸਾਰੇ ਬਾਹਰ ਆ ਕੇ ਸ਼ੋਰ ਮਚਾ ਰਹੇ ਸੀ, ਦੇਖ ਰਹੇ ਸੀ। ਕਹਿੰਦਾ ਮੈਂ ਫਟਾਫਟ ਆਪਣੇ ਜਿਹੜੇ ਚਸ਼ਮੇ ਹੈਗੇ ਨੇ ਉਹ ਪਰਾਂ ਰੱਖਦੇ, ਇਦਾਂ ਕਰਕੇ ਚਸ਼ਮੇ ਕੱਢ ਦਿੱਤੇ ਤੇ ਮੈਨੂੰ ਚੀਜ਼ਾਂ ਧੁੰਦਲੀਆਂ ਜੀਆਂ ਦਿਖਾਈ ਦੇਣ ਲੱਗ ਪਈਆਂ। ਮੈਨੂੰ ਇਹ ਵੀ ਲੱਗਿਆ ਵੀ ਲੋਕ ਮੇਰੇ ਤੇ ਹੱਸ ਰਹੇ ਨੇ, ਗੱਲਾਂ ਕਰ ਰਹੇ ਨੇ, ਪਰ ਜਦ ਪਾਣੀ ਦੇ ਅੰਦਰ ਜਾਂਦੇ ਆ ਤਾਂ ਕਹਿੰਦਾ ਮੇਰੀ ਆਵਾਜ਼ ਤੋਂ ਇਲਾਵਾ ਹੋਰ ਕੁਝ ਤਾਂ ਨਹੀਂ ਨਾ ਮੈਨੂੰ ਆਵਾਜ਼ ਆਏਗੀ।
ਫਿਰ ਉਹਨੇ ਕੀ ਕੀਤਾ ਇਹਦੇ ਵਿੱਚ ਡੁਬਕੀ ਲਾਈ ਤੇ ਪਹਿਲਾਂ ਉਹਦਾ ਸਿਰ ਗਿਆ ਫਿਰ ਉਹਦੇ ਪੈਰ ਹਵਾ ਦੇ ਵਿੱਚ ਸੀ ਹੌਲੀ ਹੌਲੀ ਉਹਦੇ ਪੈਰ ਧਸਦੇ ਗਏ ਪਾਣੀ ਦੇ ਵਿੱਚ ਜਾਂਦਾ ਗਿਆ ਤੇ ਉਹਨੂੰ ਦਿਖਾਈ ਦੇ ਰਹੀ ਸੀ ਵੀ ਬੜੀ ਤੇਜ਼ ਦੇ ਨਹੀਂ ਉਹਦੀਆਂ ਜਿਹੜੀਆਂ ਲੱਤਾਂ ਨੇ ਉਹ ਜ਼ਿਆਦਾ ਤੇਜ਼ ਨਹੀਂ ਘੁੰਮ ਰਹੀਆਂ ਮੋਟੀਆਂ ਮੋਟੀਆਂ ਲੱਗ ਰਹੀਆਂ ਉਹਨੂੰ ਪਰ ਬੱਤਖ ਦੀਆਂ ਜਿਹੜੀਆਂ ਲੱਤਾਂ ਹੁੰਦੀਆਂ ਤੁਹਾਨੂੰ ਪਤਾ ਇਦਾਂ ਕਰਕੇ ਹੁੰਦੀਆਂ ਨੇ ਉਹਨੂੰ ਆਪਣੀਆਂ ਲੱਤਾਂ ਮੋਟੀਆਂ ਲੱਗ ਰਹੀਆਂ ਸੀ ਤੇ ਉਹਨੂੰ ਦਿਸ ਰਹੀ ਸੀ ਇੱਟ ਥੱਲੇ ਨੂੰ ਜਾਂਦੀ ਹੋਈ ਠੀਕ ਹੈ ਉਹ ਕਹਿੰਦਾ ਮੈਂ ਲੰਬਾ ਜਿਹਾ ਸਾਹ ਲਿਆ ਤੇ ਫੇਰ ਥੱਲੇ ਗਿਆ ਲੱਤਾਂ ਹਵਾ 'ਚ ਸੀ ਤੇ ਹੌਲੀ ਹੌਲੀ ਹਵਾ 'ਚੋਂ ਪਾਣੀ ਵਿੱਚ ਗਈਆਂ ਮੇਰੇ ਆਲੇ ਦੁਆਲੇ ਪਾਣੀ ਪਾਣੀ ਸੀ ਥੱਲੇ ਜਾ ਰਿਹਾ ਸੀ ਤੇ ਮੈਨੂੰ ਥੱਲੇ ਸਿੱਧਾ ਸਿੱਧਾ ਮੈਂ ਜਾਂਦਾ ਰਿਹਾ ਥੱਲੇ ਕਹਿੰਦਾ ਪਹਿਲਾਂ ਤਾਂ ਮੇਰੀਆਂ ਅੱਖਾਂ ਬਿਲਕੁਲ ਮੀਚੀਆਂ ਹੋਈਆਂ ਸੀ ਯਾਨੀ ਅੱਖਾਂ ਮੇਰੀਆਂ ਬੰਦ ਸੀ ਤੇ ਹੌਲੀ ਹੌਲੀ ਮੈਂ ਅੱਖਾਂ ਖੋਲਣ ਦੀ ਕੋਸ਼ਿਸ਼ ਕੀਤੀ ਦੇਖਣ ਲਈ ਵੀ ਪਾਣੀ ਵਿੱਚ ਕੀ ਹੈਗਾ ਕਹਿੰਦਾ ਚਸ਼ਮੇ ਤੋਂ ਬਗੈਰ ਮੈਨੂੰ ਕੁਝ ਦਿਖਾਈ ਨਹੀਂ ਦਿੱਤਾ ਤੇ ਮੈਨੂੰ ਇਹ ਲੱਗਦਾ ਹੈ ਵੀ ਕਿਸੇ ਹੋਰ ਨੂੰ ਐਦਾਂ ਹੋ ਸਕਦਾ ਵੀ ਹੋਰ ਕਿਸੇ ਨੂੰ ਵੀ ਨਾ ਦਿਖਾਈ ਦੇ ਪਾਣੀ ਦੇ ਥੱਲੇ ਮੈਂ ਇਹ ਗੱਲ ਨਹੀਂ ਮੰਨਦਾ ਠੀਕ ਹੈ ਪਾਣੀ ਵਿੱਚ ਵੈਸੇ ਵੀ ਨਹੀਂ ਨਾ ਦਿਖਾਈ ਦਿੰਦਾ ਉਹਨੂੰ ਦੱਸਦਾ ਹੈ ਵੀ ਪਾਣੀ ਵਿੱਚ ਜਦੋਂ ਉਹ ਜਾ ਰਿਹਾ ਸੀ ਤੇ ਜਦੋਂ ਉਹਨੇ ਆਪਣੀਆਂ ਅੱਖਾਂ ਖੋਲੀਆਂ ਤਾਂ ਪਾਣੀ ਉਹਨੂੰ ਕਿਹੋ ਜਿਹਾ ਦਿਖ ਰਿਹਾ ਸੀ ਸਭ ਤੋਂ ਪਹਿਲਾਂ ਉੱਤੇ ਵਾਲਾ ਜਿਹੜਾ ਹਿੱਸਾ ਸੀ ਜਿਹਦੇ ਤੇ ਸੂਰਜ ਦੀ ਰੋਸ਼ਨੀ ਪੈ ਰਹੀ ਸੀ ਉਹ ਗ੍ਰੀਨ ਤੇ ਬ੍ਰਾਊਨ ਰੰਗ ਦਾ ਸੀ ਯਾਨੀ ਹਰੇ ਤੇ ਭੂਰੇ ਜੇ ਰੰਗ ਦਾ ਸੀ ਲੈਮਨੇਡ ਵਰਗਾ ਤੇ ਉੱਥੇ ਉਹਨੂੰ ਮੱਛਲੀ ਤੈਰਦੀ ਹੋਈ ਦਿਖਾਈ ਦੇ ਰਹੀ ਸੀ ਕਹਿੰਦਾ ਉਸ ਤੋਂ ਬਾਅਦ ਉਹਨੂੰ ਜਦੋਂ ਥੱਲੇ ਗਿਆ ਪਾਣੀ ਦੇ ਵਿੱਚ ਉਹਨੂੰ ਇੱਕ ਚਮਕੀਲੀ ਜੀ ਚੀਜ਼ ਦਿਖਾਈ ਦਿੱਤੀ ਏਦਾਂ ਲੱਗ ਰਿਹਾ ਸੀ ਵੀ ਉਹ ਇੱਟ ਹੈਗੀ ਜਿਹਦੇ ਆਲੇ ਦੁਆਲੇ ਕੱਪੜਾ ਬੰਧਿਆ ਹੋਇਆ ਤੇ ਉਹਦੇ ਤੋਂ ਤੇਜ਼ ਥੱਲੇ ਵੱਲ ਨੂੰ ਜਾ ਰਹੀ ਸੀ ਕਹਿੰਦਾ ਜਦ ਮੈਂ ਪਾਣੀ ਦੇ ਥੱਲੇ ਹਿੱਸੇ ਵਿੱਚ ਗਿਆ ਤਾਂ ਬਹੁਤ ਹਨੇਰਾ ਹੋ ਗਿਆ ਏਦਾਂ ਲੱਗ ਰਿਹਾ ਸੀ ਵੀ ਬਲੈਕਿਸ਼ ਯਾਨੀ ਕਾਲਾ ਭੂਰਾ ਰੰਗ ਮੈਨੂੰ ਦਿਖਾਈ ਦੇ ਰਿਹਾ ਸੀ ਜ਼ਿਆਦਾ ਦਿਖ ਨਹੀਂ ਰਿਹਾ ਸੀ ਤੇ ਜਿਹੜੀ ਇੱਟ ਸੀਗੀ ਉਹ ਕਾਫੀ ਅਲੱਗ ਜੀ ਦਿਖਾਈ ਦੇ ਰਹੀ ਸੀ ਏਦਾਂ ਲੱਗ ਰਿਹਾ ਸੀ ਵੀ ਉਹਦਾ ਕੱਪੜਾ ਜਿਹੜਾ ਹੈਗਾ ਉਹ ਉਤਰ ਚੁੱਕਾ ਤੇ ਕਹਿੰਦਾ ਜਦ ਮੈਂ ਥੱਲੇ ਗਿਆ ਉਹ ਮੈਂ ਦੇਖਿਆ ਵੀ ਜਿਹੜੀ ਇੱਟ ਹੈਗੀ ਉਹ ਥੱਲੇ ਹਿੱਸੇ ਦੇ ਵਿੱਚ ਮਿੱਟੀ ਵਿੱਚ ਮਤਲਬ ਧਸਣ ਲੱਗ ਪਈ ਹੈ ਕਹਿੰਦਾ ਮੈਂ ਫਟਾਫਟ ਥੱਲੇ ਗਿਆ ਆਪਣੇ ਹੱਥਾਂ ਨਾਲ ਇਹ ਉਂਗਲੀਆਂ ਨਾਲ ਉਹਨੂੰ ਕੱਢਣ ਦੀ ਕੋਸ਼ਿਸ਼ ਕੀਤੀ ਵੀ ਉਹ ਬਾਹਰ ਨੂੰ ਆ ਜਾਏ ਸਿਰਫ ਇੱਕ ਹਿੱਸਾ ਉਹਦਾ ਬਾਹਰ ਨੂੰ ਧੱਕਿਆ ਹੋਇਆ ਸੀ ਕਹਿੰਦਾ ਜਿੱਦਾਂ ਹੀ ਮੈਂ ਮਿੱਟੀ ਵਿੱਚ ਹੱਥ ਪਾਏ ਥੱਲੇ ਦੇ ਨਹੀਂ ਉਸ ਚੀਜ਼ ਨੂੰ ਫੜਿਆ ਉਸ ਤੋਂ ਬਾਅਦ ਮੈਨੂੰ ਹੋਰ ਕੁਝ ਨਹੀਂ ਸੁੱਝਿਆ ਸੀ ਇਹ ਲੱਗ ਰਿਹਾ ਸੀ ਵੀ ਫਟਾਫਟ ਮੈਂ ਬਾਹਰ ਨਿਕਲਾਂ ਕਹਿੰਦਾ ਜਦੋਂ ਹੀ ਮੈਂ ਚੀਜ਼ ਚੱਕੀ ਉਹਦੇ ਨਾਲ ਜਿੰਨੀ ਮਿੱਟੀ ਸੀ ਆਲੇ ਦੁਆਲੇ ਉਹਦਾ ਇੱਕ ਏਦਾਂ ਕਰਕੇ ਹਨੇਰੀ ਜੀ ਆ ਗਈ ਮਿੱਟੀ ਦੀ ਹੈ ਨਾ ਉੱਤੇ ਨੂੰ ਆ ਗਈ ਮਿੱਟੀ ਕਲਾਉਡ ਬਾਦਲ ਜਿਹਾ ਬਣ ਗਿਆ ਕਹਿੰਦਾ ਮੈਨੂੰ ਲੱਗਿਆ ਮੈਂ ਇਹਦੇ 'ਚ ਹੀ ਗਵਾਚ ਜਾਣਾ ਮੈਨੂੰ ਤੈਰਨ ਦੀ ਮੈਂ ਪੂਰੀ ਕੋਸ਼ਿਸ਼ ਕਰ ਰਿਹਾ ਸੀ ਜਲਦੀ ਜਲਦੀ ਪਰ ਮੈਨੂੰ ਇਦਾਂ ਲੱਗ ਰਿਹਾ ਸੀ ਵੀ ਹੋ ਸਕਦਾ ਹੈ ਮੈਂ ਇਸ ਪਾਸੇ ਪਹੁੰਚਾ ਜਿੱਥੇ ਮਛੁਆਰੇ ਬੈਠੇ ਹੋਏ ਨੇ ਤੇ ਉਹਨਾਂ ਦੀ ਮੱਛੀ ਦਾ ਇੱਕ ਹੁੱਕ ਜਿਹੜਾ ਹੈਗਾ ਜਿਹਨੂੰ ਮੱਛੀ ਨਾਲ ਜਿਹਦੇ ਨਾਲ ਮੱਛੀ ਨੂੰ ਫੜਦੇ ਹੋ ਸਕਦਾ ਉਹ ਮੇਰੀ ਚੀਕਸ ਤੇ ਮੇਰੇ ਗੱਲਾਂ ਤੇ ਆ ਕੇ ਹੁੱਕ ਜਿਹੜਾ ਹੈ ਉਹ ਫਸ ਜਾਏ ਜਾਂ ਇਦਾਂ ਵੀ ਹੋ ਸਕਦਾ ਮੈਂ ਕਦੇ ਉੱਤੇ ਪਹੁੰਚਾ ਹੀ ਨਾ ਕਹਿੰਦਾ ਮੈਨੂੰ ਬਹੁਤ ਡਰ ਲੱਗ ਰਿਹਾ ਸੀ ਉਸ ਪਾਣੀ ਵਿੱਚੋਂ ਬਾਹਰ ਆਉਂਦੇ ਹੋਏ ਬਹੁਤ ਜ਼ਿਆਦਾ ਮਿੱਟੀ ਸੀ ਤੇ ਜਦੋਂ ਜਦੋਂ ਮੈਂ ਉੱਤੇ ਆਣ ਲੱਗਿਆ ਤੇ ਥੱਲੇ ਵਾਲਾ ਪਾਣੀ ਮੈਂ ਦੱਸਿਆ ਸੀ ਬ੍ਰਾਊਨ ਬਲੈਕ ਰੰਗ ਦਾ ਸੀ ਕਹਿੰਦਾ ਥੋੜਾ ਉੱਤੇ ਆਇਆ ਉਸ ਤੋਂ ਬਾਅਦ ਉਹ ਪਾਣੀ ਵਾਪਸ ਗ੍ਰੀਨ ਹਰੇ ਤੇ ਭੂਰੇ ਰੰਗ ਦਾ ਮੈਨੂੰ ਦਿਖਾਈ ਦੇਣ ਲੱਗ ਗਿਆ ਤੇ ਇਦਾਂ ਵੀ ਜਿਵੇਂ ਸੂਰਜ ਦੀ ਰੋਸ਼ਨੀ ਨਹੀਂ ਚਮਕ ਰਹੀ ਹੁੰਦੀ ਕਹਿੰਦਾ ਉਹ ਵੀ ਮੈਨੂੰ ਦਿਖਾਈ ਦੇਣ ਲੱਗ ਗਿਆ ਵੀ ਪਾਣੀ ਵਿੱਚੋਂ ਸੂਰਜ ਜਿਹੜਾ ਹੈਗਾ ਉਹ ਰੋਸ਼ਨੀ ਚਮਕ ਰਹੀ ਹੈ ਕਹਿੰਦਾ ਜਿਵੇਂ ਹੀ ਮੈਂ ਸਰਫੇਸ ਦੇ ਉੱਤੇ ਵਾਲੇ ਹਿੱਸੇ ਦੇ ਨੇੜੇ ਆਇਆ ਮੈਂ ਥੋੜਾ ਹੌਲਾ ਜਿਹਾ ਹੋ ਗਿਆ ਸਲੋਲੀ ਮਤਲਬ ਥੋੜਾ ਸਪੀਡ ਘੱਟ ਗਈ ਮੇਰੀ ਤੇ ਮੈਨੂੰ ਇਦਾਂ ਲੱਗ ਰਿਹਾ ਸੀ ਮੈਨੂੰ ਕਦੇ ਵੀ ਟਾਈਮ ਸਿਰ ਹਵਾ ਨਹੀਂ ਮਿਲੂਗੀ ਯਾਨੀ ਮੈਂ ਉੱਤੇ ਨਹੀਂ ਪਹੁੰਚ ਪਾਵਾਂਗਾ ਮੈਂ ਮਤਲਬ ਕੋਸ਼ਿਸ਼ ਕਰ ਰਿਹਾ ਸੀ ਪਰ ਇਦਾਂ ਲੱਗ ਰਿਹਾ ਸੀ ਮੈਂ ਸਰਫੇਸ ਤੇ ਹਵਾ ਨਹੀਂ ਲੈ ਪਾਵਾਂਗਾ ਜੀ ਨਹੀਂ ਪਾਵਾਂਗਾ ਕਦੇ ਨਹੀਂ ਜੀ ਪਾਵਾਂਗਾ ਕਹਿੰਦਾ ਫਿਰ ਥੋੜੀ ਦੇਰ ਨੂੰ ਮੈਂ ਰਿਅਲਾਈਜ਼ ਕੀਤਾ ਮੈਨੂੰ ਲੱਗਿਆ ਜਾਪਿਆ ਵੀ ਮੈਂ ਉੱਤੇ ਪਹੁੰਚ ਗਿਆ ਸਰਫੇਸ ਤੇ ਫਟਾਫਟ ਮੈਂ ਲੰਬੇ ਲੰਬੇ ਸਾਹ ਲਏ ਹੋਰ ਕੁਝ ਨਹੀਂ ਸਮਝ ਆ ਰਿਹਾ ਸੀ ਜਿਹੜਾ ਸਾਹ ਰੋਕਿਆ ਹੋਇਆ ਸੀ ਉਹ ਛੱਡਿਆ ਛੋਟੇ ਛੋਟੇ ਸਾਹ ਲਏ ਫਰੈਸ਼ ਹਵਾ ਅੰਦਰ ਲਈ ਤੇ ਕਹਿੰਦਾ ਮੈਨੂੰ ਇਦਾਂ ਲੱਗ ਰਿਹਾ ਸੀ ਉਹ ਇੱਟ ਮੈਂ ਅਜੇ ਵੀ ਫੜੀ ਹੋਈ ਹੈ ਤੇ ਕਹਿੰਦਾ ਪਾਣੀ ਜਿਵੇਂ ਆਪਾਂ ਸਵਿਮਿੰਗ ਕਰਕੇ ਆਉਂਦੇ ਨਾ ਨੱਕ ਵੱਲ ਦੀ ਮੂੰਹ ਚੋਂ ਜਾਂਦਾ ਹੈ ਮਤਲਬ ਇਹ ਤੁਹਾਡਾ ਨੱਕ ਹੈਗਾ ਠੀਕ ਹੈ ਇਹ ਤੁਸੀਂ ਲਾ ਲਓ ਇਹ ਤੁਹਾਡਾ ਮੂੰਹ ਦਾ ਹਿੱਸਾ ਹੈਗਾ ਇਹ ਅੱਖਾਂ ਆ ਗਈਆਂ ਕਹਿੰਦਾ ਨੱਕ ਵੱਲ ਦੀ ਮੂੰਹ ਚੋਂ ਜਾ ਰਿਹਾ ਸੀ ਅੰਦਰਲੇ ਪਾਸਿਓਂ ਤੇ ਮੈਨੂੰ ਬਿਲਕੁਲ ਵੀ ਵਧੀਆ ਨਹੀਂ ਲੱਗਦਾ ਉਹ ਕਹਿੰਦਾ ਮੈਨੂੰ ਮਤਲਬ ਪਾਣੀ ਅੰਦਰ ਜਾਏ ਪਰ ਮੈਨੂੰ ਇਸ ਗੱਲ ਦੀ ਵਧੀਆ ਲੱਗ ਰਿਹਾ ਸੀ ਵੀ ਆਲੇ ਦੁਆਲੇ ਮੈਨੂੰ ਸਾਹ ਲੈਣ ਲਈ ਹਵਾ ਸੀ ਏਅਰ ਸੀ ਹੁਣ ਮੈਂ ਜੀ ਸਕਦਾ ਸੀ ਕਹਿੰਦਾ ਹੁਣ ਤਾਂ ਇਦਾਂ ਲੱਗ ਰਿਹਾ ਸੀ ਜਿਵੇਂ ਮੈਂ 100 ਸਾਲ ਜੀ ਜਾਵਾਂਗਾ ਉਸ ਤੋਂ ਬਾਅਦ ਇੱਕ ਮਿਠਾਈ ਦੀ ਦੁਕਾਨ ਰੱਖ ਲਾਂਗਾ ਚੰਦਰਮਾ ਦੀ ਸੈਰ ਕਰ ਆਵਾਂਗਾ ਤੇ ਇੱਕ ਨਸਲ ਹੁੰਦੀ ਹੈ ਮੈਸਟਿਫ ਉਸ ਨਸਲ ਦਾ ਕੁੱਤਾ ਵੀ ਰੱਖ ਲਾਵਾਂਗਾ ਤੇ ਬਾਅਦ ਚ ਜੇ ਕੋਈ ਡੁੱਬਣ ਵਾਲਾ ਹੋਏਗਾ ਉਹਦੀ ਮਦਦ ਵੀ ਕਰਾਂਗਾ ਉਹਨੂੰ ਬਚਾਵਾਂਗਾ ਫਿਰ ਮੈਨੂੰ ਮੈਡਲ ਮਿਲੇਗਾ ਸਨਮਾਨਿਤ ਕੀਤਾ ਜਾਏਗਾ ਇੰਟਰਵਿਊ ਆਏਗੀ ਟੀਵੀ ਤੇ ਮਤਲਬ ਇੱਕ ਵਾਰ ਜਾਨ ਬਚਾਉਣ ਤੋਂ ਬਾਅਦ ਇਹ ਸਾਰੇ ਖਿਆਲ ਉਹਦੀ ਜ਼ਿੰਦਗੀ ਵਿੱਚ ਆ ਗਏ
ਹੁਣ ਕੀ ਹੋਇਆ, ਉਹਨੇ ਦੇਖਿਆ ਵੀ ਉਹ ਜਿਹੜਾ ਪੌਂਡ ਸੀ ਉਹ ਇਧਰਲੇ ਪਾਸੇ ਡੁਬਕੀ ਮਾਰੀ ਸੀ, ਉਹ ਪੌਂਚ ਇਧਰਲੇ ਪਾਸੇ ਗਿਆ ਸੀ ਜਿੱਥੇ ਮਛੁਆਰੇ ਬੈਠੇ ਸੀ। ਫਿਰ ਜਿਹੜੇ ਲੋਕ ਸੀਗੇ ਉਹਨੂੰ ਚਿੱਕਾ ਮਾਰ ਕੇ ਕਹਿ ਸੀ, ਸੌਸੇਜ ਸੌਸੇਜ, ਵਧੀਆ ਕੀਤਾ ਵਧੀਆ ਕੀਤਾ। ਕਹਿੰਦਾ ਮੈਂ ਫਟਾਫਟ ਦੇਖਿਆ ਮੈਂ ਦੂਜੇ ਕੰਢੇ ਤੇ ਹੈਗਾ, ਮੈਂ ਮੁੜਿਆ ਸਵਿਮਿੰਗ ਕਰਦਾ ਕਰਦਾ ਆਪਣੇ ਕੰਢੇ ਤੇ ਆ ਗਿਆ। ਤੇ ਜਦ ਇੱਥੇ ਆਇਆ ਤਾਂ ਮੇਰਾ ਜਿਹੜਾ ਇਨਸਟ੍ਰਕਟਰ ਸੀ ਜੋ ਕਿ ਮੈਨੂੰ ਸਿਖਾ ਰਿਹਾ ਸੀ, ਉਹ ਕਹਿੰਦਾ ਇਹ ਸੌਸੇਜ ਇਹ ਤੂੰ ਥੱਲੋਂ ਕੀ ਫੜ ਕੇ ਲੈ ਆਇਆ ਡੱਬਾ ਜਾ। ਕਹਿੰਦਾ ਜਦ ਮੈਂ ਆਇਆ ਤੇ ਮੈਂ ਦੇਖਿਆ ਨਹੀਂ ਨਹੀਂ ਇਹ ਤਾਂ ਇੱਟ ਨਹੀਂ ਹੈ, ਇਹ ਇੱਕ ਟਿਨ ਦਾ ਡੱਬਾ ਹੈਗਾ, ਬੜਾ ਪੁਰਾਣਾ ਜਿਹਾ ਟਿਨ ਦਾ ਡੱਬਾ ਜਿਹਦੇ ਤੇ ਪੇਂਟ ਵੀ ਲੱਥ ਚੁੱਕਾ ਸੀ ਤੇ ਥੱਲੇ ਕਿਉਂਕਿ ਇੰਨੀ ਗਲ ਗਿਆ ਸੀ ਥੱਲੇ ਪਿਆ ਪਿਆ ਵੀ ਕਾਲਾ ਭੂਰਾ ਰੰਗ ਹੋ ਗਿਆ ਸੀ, ਬਦਬੂ ਜੀ ਆ ਰਹੀ ਸੀ। ਤੇ ਮੈਨੂੰ ਇਹ ਲੱਗਿਆ ਵੀ ਬ੍ਰਿਕ ਵਰਗਾ ਹੈਗਾ ਇਹ ਕੋਈ ਚੀਜ਼, ਵੀ ਇੱਟ ਹੀ ਹੋਣੀ ਹੈ ਤੇ ਬਿਲਕੁਲ ਇੱਟ ਵਰਗਾ ਭਾਰੀ ਵੀ ਸੀਗਾ। ਕਹਿੰਦਾ ਮਿੱਟੀ ਮਿੱਟੋ ਹੋਈ ਪਈ ਸੀ ਤੇ ਕਾਫੀ ਸਾਲਾਂ ਤੱਕ ਹੋ ਸਕਦਾ ਨਾ ਥੱਲੇ ਪਿਆ ਰਿਹਾ ਹੋਏ। ਕਹਿੰਦਾ ਮੈਂ ਫਟਾਫਟ ਉਹਨੂੰ ਸਾਫ ਕੀਤਾ ਤੇ ਘਰੇ ਲੈ ਕੇ ਜਾ ਕੇ ਇੱਕ ਸ਼ੈਲਫ ਤੇ ਉਹਨੂੰ ਡੱਬੇ ਨੂੰ ਰੱਖ ਦਿੱਤਾ, ਜਿਹਦੇ 'ਚ ਮੈਂ ਆਪਣੀ ਜਿੰਨੇ ਸਿੱਕੇ ਕਲੈਕਟ ਕੀਤੇ ਹੋਏ ਸੀ ਉਹ ਪਾਣੇ ਸ਼ੁਰੂ ਕਰ ਦਿੱਤੇ ਕੋਇਨਸ। ਕਹਿੰਦਾ ਉਸ ਤੋਂ ਬਾਅਦ ਮੈਂ ਦੂਜੀ ਵਾਰ ਡੱਕ ਡਾਈਵਿੰਗ ਕੀਤੀ, ਕਾਹਦੇ ਲਈ, ਉਹ ਇੱਟ ਕੱਢਣ ਲਈ ਪਾਣੀ ਵਿੱਚੋਂ, ਜਿਸ ਵਿੱਚ ਮੈਨੂੰ ਬਿਲਕੁਲ ਵੀ ਡਰ ਨਹੀਂ ਲੱਗਿਆ। ਤੇ ਮੈਂ ਇਹ ਸੋਚਦਾ ਵੀ ਹੁਣ ਇਹ ਜਿਹੜਾ ਡੱਬਾ ਮੈਨੂੰ ਮਿਲਿਆ, ਜਿੰਨੀ ਦੇਰ ਮੈਂ ਜੀਵਾਂਗਾ, ਹੋ ਸਕਦਾ ਮੈਂ 100 ਸਾਲ ਜੀਵਾਂ, ਇਹ ਉਹਦੀ ਇੱਛਾ ਸੀ, ਉਹਨੇ ਸਾਲ ਇਹ ਡੱਬਾ ਮੇਰੇ ਕੋਲ ਪਿਆ ਰਹੇਗਾ। ਏਦਾਂ ਹੀ ਇੱਕ ਯਾਦ ਜਿਵੇਂ ਹੋ ਜਾਂਦੀ ਹੈ। ਤੇ ਇਹ ਸੀਗੀ ਅੱਜ ਦੀ ਕਲਾਸ, ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਚੈਪਟਰ ਸਮਝ ਆ ਗਿਆ ਹੋਵੇਗਾ, ਰਿਟਰਨ ਟੂ ਏਅਰ। ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ। ਡਿਟੇਲਡ ਵੀਡੀਓ ਵੀ ਹੈਗੀ ਹੈ, ਕੁਐਸਚਨ ਆਨਸਰਸ ਵੀ ਹੈਗੇ ਨੇ ਚੈਨਲ ਤੇ। ਆਪਾਂ ਫੇਰ ਮਿਲਾਂਗੇ, ਟਿਲ ਦੈਨ ਟੇਕ ਕੇਅਰ, ਬਾਏ ਬਾਏ।